ਪਾਕਿਸਤਾਨ 'ਤੇ ਝੂਠ ਨਹੀਂ ਪਾਈਆਂ ਹੋਈਆਂ, ਇਹ ਬਰਬਾਦੀ ਦਾ ਬੀਗਲ ਵਜਾ ਰਹੇ ਆ ਸਾਰੇ ਜਿਨ੍ਹਾਂ ਨੇ ਵਾਅਦੇ ਨਹੀਂ ਪੂਰੇ ਕੀਤੇ। ਇਹਨਾਂ ਨੂੰ ਮੈਂ ਤੁਹਾਨੂੰ ਪੂਰਾ ਦੱਸਦਾ ਕਿ ਇਹ ਇਹਨਾਂ ਦੇ ਵਾਅਦੇ ਪੂਰੇ ਕਰਾਵਾਂਗੇ ਪਾਰਲੀਮੈਂਟ ਦੇ ਵਿੱਚ ਜਾ ਕੇ ਅਤੇ ਮੈਦਾਨ ਦੇ ਵਿੱਚ ਜਾ ਕੇ ਇਹ ਜਿੰਨੇ ਵੀ ਵਾਅਦੇ ਇਹਨਾਂ ਨੇ ਕੀਤੇ ਉਹ ਪੂਰੇ ਕਰਨੇ ਪੈਣਗੇ, ਜਿਵੇਂ 5 ਸਾਲ ਮੈਂ ਇਹਨਾਂ ਤੋਂ ਪੂਰੇ ਕਰਾਏ ਹੈ। ਤੁਸੀਂ ਟੇਪਾਂ ਦੇਖ ਲਓ, ਇਹ ਚਲਾ ਰਹੇ ਸੀਗੇ ਕਿ ਸਿਮਰਨਜੀਤ ਸਿੰਘ ਮਾਨ ਬੋਲ ਨਹੀਂ ਸਕਦਾ, ਦੋਨੋਂ BJP ਅਤੇ ਸੋਨੀਆ ਗਾਂਧੀ ਦੀ ਪਾਰਟੀ ਨੂੰ ਚੁੱਪ ਕਰਾ ਕੇ ਰੱਖਿਆ ਅਤੇ ਪੂਰਾ ਦ੍ਰਿੜਤਾ ਦੇ ਨਾਲ ਪੰਜਾਬ ਦਾ ਅਤੇ ਇਸ ਇਲਾਕੇ ਦੇ ਕੇਸ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤੇ ਹੋਏ ਹੈ, ਹੁਣ ਫਿਰ ਕਰਾਂਗੇ। ਅਸੀਂ ਤਾਂ 2 ਸੀਟਾਂ ਮੰਗੀਆਂ ਸੀਗੀਆਂ, ਇੱਕ ਬਠਿੰਡੇ ਦੀ, ਇੱਕ ਸੰਗਰੂਰ ਦੀ, ਉਹ ਸਾਨੂੰ ਮਿਲਦੀਆਂ ਹੈਗੀਆਂ। ਦੋ ਉਮੀਦਵਾਰ ਮਨ ਸਾਹਿਬ ਨੇ ਹੋਰ ਵੀ ਖੜਾਏ ਹੈਗੇ ਆ, ਫਰੀਦਕੋਟ ਦੇ ਵਿੱਚ ਵੀ ਖੜਾਇਆ, ਹੋਰ ਵੀ ਕਿਤੇ ਖੜਾਏ ਹੈਗੇ ਹੈ, ਖਡੂਰ ਸਾਹਿਬ ਵੀ ਖੜਾਏ ਹੈਗੇ ਹੈ, ਅਤੇ ਅਨੰਦਪੁਰ ਸਾਹਿਬ ਵੀ ਖੜਾ। ਮਨ ਸਾਹਿਬ ਮੈਂ ਤੁਹਾਡੀ ਸਪੀਚ ਸੁਣ ਰਿਹਾ ਸੀ, ਤੁਸੀਂ ਕਿਹਾ ਵੀ 13 ਨੂੰ ਤੁਸੀਂ ਇਕੱਲੇ ਵਾਧੂ ਹੋ, ਇਕੱਲੇ ਨਹੀਂ ਬੁਲੋਗੇ 13 ਨੂੰ? ਤੁਸੀਂ ਨਹੀਂ ਸਮਝਦੇ ਮੈਂ ਕਰ ਸਕਦਾ, ਜੇ 543 ਨੂੰ ਮੈਂ ਦੱਬ ਕੇ ਰੱਖਿਆ ਹੈ, ਜਦੋਂ ਤੁਸੀਂ ਕਿਰਪਾ ਕੀਤੀ ਸੀ ਮੈਨੂੰ ਵੋਟ ਪਾਏ ਸੀ, ਅਤੇ 13 ਕੀ ਚੀਜ਼ ਹੈ ਯਾਰ, ਮਾਨ ਸਾਹਿਬ ਖਾਲਿਸਤਾਨ ਦਾ ਮੁੱਦਾ ਹੈਗਾ ਜਾਂ ਨਹੀਂ? ਦੇਖੋ, ਜਿੰਨਾ ਚਿਰ ਹਿੰਦੁੱਤਵਾ ਦਾ, ਹਿੰਦੂ ਰਾਸ਼ਟਰ ਦਾ ਮੁੱਦਾ ਰਹੂਗਾ, ਉਨਾ ਚਿਰ ਉਹੀ ਮੁੱਦਾ ਰਹੂਗਾ, ਕਿਉਂ ਕਰਕੇ ਆਹ ਜਿਹੜਾ ਸੁਲਹ ਹੋਈ ਹੈ ਇੰਡੀਆ ਅਤੇ ਪਾਕਿਸਤਾਨ ਦੀ, ਇਹਨਾਂ ਦਾ ਇੱਕ ਮੁੱਦੇ ਦਾ ਵਾਇਰ ਹੈ, ਹਿੰਦੂ ਅਤੇ ਮੁਸਲਮਾਨ ਦਾ, ਪਰ ਸਿੱਖਾਂ ਦੇ ਮੁੱਦੇ 'ਤੇ ਕਰਤਾਰਪੁਰ ਸਾਹਿਬ ਦੇ ਉੱਤੇ ਦੋਨੋਂ ਮੰਨ ਕੇ ਸਿੱਖਾਂ ਨੂੰ ਇਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇਹ ਅਲੱਗ ਕੌਮ ਹੈ, ਅਤੇ ਸਿੱਖ ਜਿਹੜੇ ਨਾਨਕ ਸਾਹਿਬ ਨੇ ਹੁਕਮ ਦਿੱਤਾ ਨਾ ਸੀ ਹਿੰਦੂ ਨਾ ਮੁਸਲਮਾਨ, ਅਸੀਂ ਵਿੱਚ ਖੜ ਕੇ ਪੁਲ ਬਣ ਕੇ ਇਹਨਾਂ ਦੀ ਸੁਲਹ ਕਰਾ ਸਕਦੇ ਹੈ, ਅਤੇ ਇਹ ਮੁੱਦਾ ਬਹੁਤ ਤਕੜਾ ਹੈਗਾ ਅਤੇ ਸਦਾ ਦੇ ਲਈ ਰਹੂਗਾ ਕਿ ਸਿੱਖਾਂ ਨੂੰ ਵੀ ਧਰਤੀ ਮਿਲਣੀ ਚਾਹੀਦੀ ਹੈ ਅੰਡਰ ਦ ਸਨ। ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਭਗਵੰਤ ਮਾਨ ਦੇ ਪਹਿਲਾਂ MP ਰਹੇ ਨੇ, ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਗਾ, ਅਤੇ ਵਿਜਿੰਦਰ ਸਿੰਗਲਾ ਵੀ ਰਹੇ ਨੇ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸੰਗਰੂਰ ਦੇ ਵੋਟਰ ਹੈ ਉਹਨਾਂ ਦਾ ਮੈਂ ਬਹੁਤ ਆਦਰ ਸਤਿਕਾਰ ਕਰਦਾ, ਜੇ ਮੈਂ ਇਹਨਾਂ ਦੇ ਖਿਲਾਫ਼ ਗੱਲ ਕਰੂੰਗਾ ਅਤੇ ਸੰਗਰੂਰ ਦੇ ਵੋਟਰ ਦਾ ਅਪਮਾਨ ਕਰੂੰਗਾ, ਇਸ ਕਰਕੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ।